ਮੈਂ ਜਰਾ ਫੇਰ ਪੁੱਛ ਲਾਂ ਕਿ ਇਹਨਾਂ ਨੇ ਉਸ ਨੂੰ ਕੀ ਕਿਹਾ? ਜੈ ਹਿੰਦ। ਜੈ ਹਿੰਦ ਸਰ। ਹਾਂ, ਕੀ ਕਿਹਾ ਸੀ ਜਦੋਂ ਮੈਂ ਛੁੱਟੀ ਕੀਤੀ ਸ਼ੁੱਕਰਵਾਰ? ਕਿੱਥੇ ਮਾਰਿਆ ਵੇਲਣਾ ਮੇਰੇ? ਕਿਤੇ ਵੀ ਨਹੀਂ ਸਰ। ਫੇਰ ਮੈਂ ਸਰ ਇਹ ਦੱਸਿਆ ਕਿ ਮੈਂ ਕਿਹਾ ਸਰ ਜਿਹੜਾ ਕੰਮ ਹੁੰਦਾ ਨਾ, ਜਿੱਦਾਂ ਭਾਬੀ ਨੇ ਤੁਸੀਂ ਵਾਅਦਾ ਕੀਤਾ ਸੀ ਕਿ ਮੈਂ ਆਹ ਸਾਰੇ ਕੰਮ ਜਦੋਂ ਸੱਟ ਠੀਕ ਹੋ ਗਈ ਉਦੋਂ ਕਰੂੰਗਾ, ਤੇ ਤੁਹਾਡੀ ਸੱਟ ਦਾ ਜਿਹੜਾ ਦਰਦ ਉਹ ਠੀਕ ਹੋ ਗਿਆ ਤੇ ਤੁਸੀਂ ਸਾਰੇ ਕੰਮ ਕਰ ਰਹੇ ਹੋ ਕਰਦੇ, ਇਹ ਦੱਸਿਆ ਸਰ? ਸਹੀ ਤੁਹਾਨੂੰ ਨਾ ਪੁੱਤਰ, ਮੈਂ ਇੱਕ ਬੁੱਕ ਲੈ ਕੇ ਦੇਣੀ ਹੈ ਸਰ ਫੇਸਬੁੱਕ। ਹਾਂ, ਜੇ ਤੇ ਲਿਖਿਆ ਹੋਵੇ 100 ਤਰੀਕੇ ਕਿ ਝੂਠ ਬੋਲੇ, ਘੱਟੋ ਘੱਟ ਉਦਾਂ ਦਾ ਝੂਠ ਬੋਲ ਕੇ ਕੋਈ ਤੂੰ ਹੋਰ ਬਹਾਨਾ ਲਾ ਦੇਂਗੀ, ਤੂੰ ਤੇ ਮੈਨੂੰ ਸਿੱਧਾ ਹੀ ਪਲੀਤ ਕਰਨਾ ਸ਼ੁਰੂ ਕਰਤਾ। ਸਰ ਝੂਠ ਬੋਲ ਦੇਂਗੇ, ਨੈਕਸਟ ਟਾਈਮ ਮੈਂ ਕਹਿ ਦੂੰਗੀ ਨਹੀਂ ਤੁਸੀਂ ਭਾਂਡੇ ਨਹੀਂ ਧੋਤੇ, ਮੈਂ ਕੱਪੜੇ ਧੋਤੇ ਤੁਸੀਂ। ਪੁੱਤਰ ਭਾਂਡਿਆਂ 'ਚ ਤੇ ਕੱਪੜੇ 'ਚ ਕਿੰਨਾ ਫਰਕ ਹੁੰਦਾ? ਧੋਤੇ ਤਾਂ ਦੋਨੋਂ ਹੀ ਜਾਂਦੇ ਆ ਨਾ ਸਰ। ਭਾਂਡੇ ਸਟੀਲ, ਤੂੰ ਭਾਂਡੇ ਛੱਡ ਕੱਪੜੇ ਛੱਡ, ਤੂੰ ਮੂੰਹ ਧੋ ਕੇ ਆਈ ਆ ਸਰ। ਫੇਸਬੁੱਕ ਮੁੱਕੀ ਪਈ ਸੀ। ਕੀ ਮੁੱਕੀ ਪਈ? ਫੇਸ ਵਾਸ਼। ਉਹ ਚ ਕਮੈਂਟ ਨਾ ਮੂੰਹ ਧੋਣਾ ਸੀ ਤੂੰ ਫੇਸਬੁੱਕ 'ਚ। ਸਰ ਕਿਸੇ ਨੇ ਗੰਦਾ ਕਮੈਂਟ ਕਰਤਾ, ਉਹਦੇ ਨਾਲ ਮੇਰਾ ਮੂੰਹ ਧੋਤਾ ਗਿਆ। ਸ਼ੁਕਰ ਕਰ ਤੇਰੇ ਮੂੰਹ ਧੋਂਦੇ ਨੇ, ਤੈਨੂੰ ਕੋਈ ਪੋਕ ਨਹੀਂ ਕਰ ਗਿਆ, ਤਕਲੀਫ ਹੈ ਰੋਣੀ ਸੀ ਤੈਨੂੰ। ਮੈਂ ਸਰ ਬਲੌਗ ਨਹੀਂ ਮਾਰਦਾ। ਪੋਕ ਵਾਲੀ ਉਂਗਲ ਦੇਖੀ ਹੈ ਤੂੰ? ਜਿਹੜੀ ਬਣੀ ਹੁੰਦੀ ਹੱਥ ਉੱਤੇ। ਤੇ ਦੇਖੀ ਹੈ ਮੈਂ ਤੇ। ਬਸ ਫਿਰ ਸਰ ਬਲੌਗ ਦੀ ਆਪਸ਼ਨ ਵੀ ਹੁੰਦੀ ਉੱਥੇ। ਕਿੱਥੇ ਬਲੌਗ ਦੀ ਆਪਸ਼ਨ ਹੁੰਦੀ? ਬਲੌਗ ਦੀ ਆਪਸ਼ਨ ਜਿਹੜੇ, ਮੈਂ ਇੱਕ ਗੱਲ ਦੇਖਿਆ, ਰੀਅਲ ਲਾਈਫ ਦੇ ਵਿੱਚ ਵੀ ਯੂਜ਼ ਹੋਣੀ ਚਾਹੀਦੀ ਹੈ, ਤੇ ਸੋਸ਼ਲ ਮੀਡੀਆ ਤੇ ਹੁੰਦੀ ਹੈ ਨਾ ਰੀਅਲ ਲਾਈਫ ਦੇ ਵਿੱਚ। ਮੇਰਾ ਮੈਂ ਕੁਝ ਕੁ ਬੰਦਿਆਂ ਨੂੰ ਬਲੌਗ ਕਰਨਾ ਚਾਹੁੰਦਾ। ਮੈਂ ਵੀ ਕੁਝ ਕੁ ਬੰਦਿਆਂ ਨੂੰ ਸਿਰ ਮੈਸੰਜਰ ਤੋਂ ਬਲੌਗ ਮਾਰੂੰਗੇ ਸਿਰਫ। ਮੈਂ ਤਾਂ ਬੰਦਾ ਗਿਆ ਕਿਉਂ ਕਿਉਂ ਅਰਜੈਂਟ ਕਰਨ ਲੱਗ ਗਈ ਸੀ। ਮੈਂ ਤਾਂ ਉੱਦਾਂ ਤੇਰੇ ਵੱਲ ਦੇਖ ਕੇ ਗਿਆ, ਮੈਂ ਕੁਝ ਕੁ ਬੰਦਿਆਂ ਨੂੰ ਬਲੌਗ, ਤੂੰ ਅਰਜੈਂਟ ਕਰਨ ਲੱਗ ਗਈ, ਤੂੰ ਬੰਦਾ? ਸਿਰ ਬੰਦੇ ਹੁੰਦੇ ਸਾਰੇ ਜਣੇ। ਸਾਰੇ ਜਣੇ ਕਿੱਦਾਂ ਬੰਦੇ ਹੁੰਦੇ? ਤੂੰ ਬੰਦਾ? ਸਿਰ ਤੈਨੂੰ ਤਾਂ ਕੋਈ ਇਹ ਵੀ ਨਹੀਂ ਕਹਿਦਾ ਬੰਦਾ ਬਣ ਜਾ ਬੰਦਾ, ਤੂੰ ਕਹਿ ਮੈਂ ਪੌਣੇ ਘੰਟੇ ਬਾਅਦ ਬਣਨਾ। ਸਿਰ ਮੈਨੂੰ ਯਾਦ ਆ ਸਕੂਲ ਟਾਈਮ ਜਦੋਂ ਸਵੇਰੇ ਸਵੇਰੇ ਪ੍ਰੇਅਰ ਹੁੰਦੀ ਸੀ, ਅਸੀਂ ਉਹ ਗਾਉਂਦੇ ਹੁੰਦੇ ਸੀ। ਮੈਂ ਕੁੜੀ ਹੁੰਦੀ ਸੀ ਪਰ ਮੈਂ ਫਿਰ ਵੀ ਮੈਂ ਗਾਉਂਦੀ ਸੀ, ਹਾਏ ਮਾਲਿਕ ਤੇ ਹਾਏ ਮਾਲਿਕ ਬੰਦੇ, ਹਾਏ ਮਾਲਿਕ ਨਹੀਂ ਹੈ ਮਾਲਿਕ। ਹਾਂਜੀ ਹੋਈ, ਹਾਏ ਮਾਲਿਕ ਸਕੂਟਰ ਦਾ ਟਾਇਰ ਚੜ ਗਿਆ ਤੇਰੇ ਪੈਰ ਤੇ, ਹਾਏ ਮਾਲਿਕ। ਹਾਏ ਸਰ ਉਹੀ, ਹੈ ਮਾਲਿਕ ਤੇਰੇ, ਹੈ ਮਾਲਿਕ, ਬੜੇ ਪਿਆਰ ਨਾਲ ਵਿਨਮਰ, ਹੈ ਮਾਲਿਕ ਤੇਰੇ ਬੰਦੇ ਹਮ। ਹਾਂਜੀ ਸਰ। ਹਾਂ ਤੇਰੇ ਵਰਗੇ ਨਹੀਂ, ਹੈ ਮਾਲਿਕ ਤੇਰੀਆਂ ਬੰਦੇ, ਐਦਾਂ ਨਹੀਂ ਕਰਦੇ, ਸਮਝ ਆਈ ਤੁਹਾਨੂੰ? ਹਾਏ ਸਰ ਨਹੀਂ ਮੈਂ ਕਰਦੀ ਨਹੀਂ ਸਿੱਧਾ, ਪਰ ਤੁਸੀਂ ਸਰ ਮੈਂ ਤੁਹਾਨੂੰ ਗੱਲ ਦੱਸਾਂ, ਸਿਰ 2 ਦਿਨ ਬੜਾ ਇੰਜੋਏ ਕੀਤਾ ਮੈਂ। ਖਲੋ ਜੋ ਸਕਦੇ ਜੀ, ਕੀ ਹੋਇਆ? ਗਲਤ ਕਰਦੇ ਆ, ਕਰੋ ਸਟਾਪ ਤੇ ਕਰ ਲਓ। ਹਾਂ 2 ਦਿਨ ਸਰ ਬੜਾ ਇੰਜੋਏ ਕੀਤਾ ਮੈਂ। 2 ਦਿਨ ਇੰਜੋਏ ਕੀਤਾ? ਹਾਂਜੀ ਸਰ। ਓਕੇ, ਨਾਲੀ ਇਸ ਵਾਰੀ ਖੁੱਲੀ ਆ ਰਹੀ ਸੀ, ਮਤਲਬ ਕੋਈ ਡੱਕਾ ਡੁੱਕਾ ਨਹੀਂ ਲੱਗਾ? ਇਸ ਵਾਰੀ ਕਿੱਦਾਂ ਇੰਜੋਏ ਕੀਤਾ ਇਹਨਾਂ? ਹਾਏ ਸਰ ਉਹਦੀ, ਮੈਂ ਸੁਣਿਆ ਤੂੰ ਪਿਛਲੀ ਵਾਰੀ ਵੱਡੇ ਨਾਲੇ ਰਾਫਟਿੰਗ ਵੀ ਕੀਤੀ ਹੈ। ਰਾਫਟਿੰਗ ਕਰਨ ਦੀ ਕੀ ਹੈ? ਨਹੀਂ ਪਤਾ ਤੁਹਾਨੂੰ? ਨਹੀਂ ਸਰ। ਉਹ ਜਿਹੜੀਆਂ ਲਹਿਰਾਂ ਵਾਲੀ ਝੀਲ 'ਚ ਨਹੀਂ ਕਰਦਾ, ਟਿਊਬ ਵਾਲੀ ਨਾਲ? ਸੁਣਿਆ ਕਾਫੀ ਛਿੱਟਾਂ ਪਈਆਂ ਤੇਰੇ ਮੂੰਹ ਤੇ ਸਰ। ਉਹ ਵੈਸੇ ਨਾ ਜੂਸ ਦਾ ਡੱਬਾ ਵੀ ਕਹਿੰਦੇ ਤੇਰੇ ਦੰਦਾਂ 'ਚ ਫਸ ਗਿਆ ਉੜਦਾ ਉੜਦਾ। ਸਰ ਮੇਰਾ ਹੀ ਪੀਤਾ ਰਾਫਟਿੰਗ ਦੇ ਵਿੱਚ ਕਈ ਵਾਰੀ ਹੋ ਜਾਂਦਾ ਸਰ। ਉਹ ਮੈਂ ਹੀ ਛੁੱਟਾ ਸੀਗਾ, ਉਹ ਵਾਪਸ ਆ ਗਿਆ, ਉਹ ਮੈਂ ਫਿਰ ਪੀ ਲਿਆ ਜਿਹੜਾ ਬਚ ਗਿਆ। ਐਡੀ ਕੰਜੂਸ ਹੈ, ਮਤਲਬ ਐਡੀ ਭੁੱਖੀ ਹੈ, ਐਡੀ ਭੁੱਖੀ ਹੈ। ਇੱਕ ਹੁੰਦਾ ਨਾ ਜੂਸ ਪੀਣਾ ਪੀ ਲਓ, ਹੈਨਾ, ਕਿ ਚਲੋ ਤੁਸੀਂ ਪੈਪ ਲਾ ਕੇ ਵਿੱਚੋਂ ਪੀ ਲਿਆ। ਉਹ ਜਿਹੜੇ ਬਾਹਰ ਡੱਬੇ ਦੇ ਫਰੂਟ ਬਣੇ ਹੁੰਦੇ ਆ, ਉਹਨਾਂ ਨੂੰ ਵੀ ਨਿਚੋੜ ਕੇ ਲੱਗੀ ਹੁੰਦੀ ਪੀਣ, ਕਹਿੰਦੀ ਇਹਨਾਂ 'ਚ ਪੈਪ ਫਸਾਉਣੀ। ਸਰ ਫਰੂਟ ਤੇ ਫਰੂਟ ਨਾਲ ਕੀ ਪਤਾ ਉਹ 'ਚੋਂ ਵੀ ਰਸ ਨਿਕਲ ਜਾਵੇ। ਵਾਹ 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 ਬੇਟਾ, ਤੇਰੀ ਜ਼ਿੰਦਗੀ 'ਚੋਂ ਰਸ ਨਿਕਲਿਆ ਹੋਇਆ ਐਸਾ। ਤੁਹਾਨੂੰ ਨਾ ਸਿਰਫ ਉਹ ਰਸ ਨਹੀਂ, ਤੁਹਾਨੂੰ ਰਸ ਚਾਹ ਵਾਲੇ ਉਹ ਸੂਟ ਕਰਦੇ, ਉਹੀ ਖਾਇਆ ਕਰੋ। ਸਰ ਜ਼ਿੰਦਗੀ ਤੇ ਕਈ ਤਰ੍ਹਾਂ ਦੇ ਰਸ ਹੁੰਦੇ, ਸ਼ਿੰਗਾਰ। ਇਸ ਗੱਲੋਂ ਰੋਣ ਲੱਗ ਪੈਂਦੀ ਹੈ, ਜੋ ਚਾਹ ਬਣਾਈ ਹੋਵੇ ਰਸ ਡਬੋਏ ਵਿੱਚੋਂ, ਕਹਿੰਦੀ ਚਾਹ ਨੇ ਰਸ ਨੇ ਮੇਰੀ ਚਾਹ ਪੀ ਲਈ। ਤੂੰ ਨਹੀਂ ਰਸ ਖਾਣਾ ਬਾਅਦ 'ਚ, ਰਸ ਨੇ ਤੇਰੀ ਚਾਹ ਪੀ ਲਈ, ਐਡਾ ਤੂੰ ਚਾਹ ਪੀਣ ਵਾਲਾ ਰਸ ਲੈ ਆਈ। ਸਰ ਰਸ ਨੂੰ ਛੱਡੋ, ਜਿੱਥੋਂ ਮੈਂ ਨਿਕਲਦੀ ਉੱਥੇ ਰਸ਼ ਲੱਗ ਜਾਂਦਾ। ਕਿੱਥੋਂ ਨਿਕਲਣੀ? ਜਿੱਥੋਂ ਵੀ ਨਿਕਲਾਂ ਸਰ ਮੈਂ, ਉੱਥੇ ਰਸ਼ ਪੈ ਜਾਂਦਾ। ਹਾਂਜੀ ਸਰ। ਵਾਹ, ਉਹ ਦੇਖਣ ਦੇ ਹੋਣੇ ਕੋਈ ਗਸ਼ ਕਿਹਨੂੰ ਪਿਆ? ਕੁਛ ਨਹੀਂ ਕਹਿਣਾ ਹੁਣ ਮੈਂ, ਵੀ ਫਿਰ ਲੋਕ ਗੁੱਸਾ ਕਰ ਜਾਂਦੇ ਆ ਫਿਰ। ਅੱਛਾ ਲੈ, ਹੁਣ ਫੋਨ ਇੰਨੇ ਆ ਗਏ, ਹੁਣ ਕਰ ਲਾਂ ਗੱਲ ਕਿ ਤੂੰ ਇਹ ਚਪੜ ਚਪੜ ਕਰਨੀ ਕਰ ਲੈ ਕੀ ਉਹਨਾਂ ਨਾਲ ਗੱਲ ਮਿਲੂਗਾ ਕਦੀ? ਸਾਡੇ ਵਾਜੂ ਸਾਡੀਆਂ ਨਹੀਂ, ਬਲੈਕ ਲਿਸਟਡ ਕਾਰਾਂ ਨੇ, ਅਸੀਂ ਅੰਡਰਗਰਾਉਂਡ ਬੰਦੇ ਉੱਪਰ ਤੱਕ ਮਾਰਾਂ ਨੇ, ਅਸੀਂ ਅੱਜ ਦੇ ਰਾਜੇ ਆ, ਸਾਡਾ ਪਤਾ ਨਹੀਂ ਕੱਲ ਦਾ, ਡਾਲਰ ਵਾਂਗੂ ਨੀ ਨਾਮ ਮੇਰਾ ਚੱਲਦਾ। ਲਓ ਜੀ ਆ ਗਏ ਨੇ ਜੀ ਪਿੱਦੂ ਖੁੱਸੇ ਵਾਲੇ। ਚਲੋ ਗਾਈ ਆ, ਉਹਦੇ ਤੇ ਢੁਕਦੀ ਵੀ ਆ, ਉਸ ਬੰਦੇ ਨੇ ਮਿਹਨਤ ਇੰਨੀ ਕੀਤੀ, ਸਟਰਗਲ ਇੰਨੀ ਕੀਤੀ ਆ, ਜੋ ਲਿਖਿਆ ਵਾਕਈ ਉਹਦੀ ਗੱਲਾਂ ਸੱਚਾਈ। ਤੂੰ ਕੀ ਗਾਇਆ ਸ਼ੁਰੂ ਤੋਂ ਪਹਿਲੀ ਲੈਣ ਦੱਸ। ਸਾਡੇ ਵਾਂਗੂ ਸਾਡੀਆਂ ਨਹੀਂ, ਬਲੈਕ ਲਿਸਟਡ ਕਾਰਾਂ ਨੇ, ਲੇਡੀ ਸਾਈਕਲ ਦੇ ਅੱਗੇ ਡੰਡਾ ਲਵਾ ਕੇ ਉਹ ਤੇ ਅੱਗੇ ਬਹਿਣ ਵਾਲਿਆ, ਉਹ ਕਾਰਾਂ, ਉਹ ਕਾਰਾਂ ਹੈ,
ਉਹ ਕਾਰਾਂ ਲੇਡੀ ਸਾਈਕਲ ਨੂੰ ਤੂੰ ਕਾਰਾਂ ਕਰਨਾ ਅਗਲੀ ਲਾਈਨ ਸੁਣਾ ਅਸੀਂ ਅੱਜ ਦੇ ਰਾਜੇ ਆ ਅਗਲੀ ਲਾਈਨ ਆਹੋ ਆ ਬਲੈਕ ਲਿਸਟਡ ਕਾਰਾਂ ਨੇ ਸਾਡੇ ਵਾਂਗੂ ਸਾਡੀਆਂ ਨਹੀਂ ਬਲੈਕ ਲਿਸਟਡ ਕਾਰਾਂ ਨੇ ਅਸੀਂ ਅੰਡਰਗਰਾਉਂਡ ਬੰਦੇ ਅੱਛਾ ਰੁਕ ਜਾ ਹੁਣ ਅੰਡਰਗਰਾਉਂਡ ਬੰਦੇ ਹਾਂਜੀ ਸਰ ਪਹਿਲੀ ਗੱਲ ਤੇ ਤੈਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਅੰਡਰਗਰਾਉਂਡ ਹੀ ਦਿਖਦੇ ਹੋ ਜ਼ਿਆਦਾਤਰ ਇਹ ਮੈਂ ਦੇਖਿਆ ਥੱਲੇ ਗਰਾਊਂਡ ਦੇ ਅੰਡਰ ਦੇਖੋ ਨਾ ਫਿਰ ਜਾ ਕੇ ਧਿਆਨ ਪੈਂਦਾ ਉਸ ਤੋਂ ਅੱਗੇ ਕੀ ਆ ਉੱਪਰ ਤੱਕ ਮਾਰਾ ਨੇ ਉੱਪਰ ਸਾਰਿਆਂ ਨੂੰ ਪਤਾ ਤੇਰੇ ਕੋਲ ਦਰਵਾਜ਼ੇ ਦੀ ਪੌੜੀ ਨਹੀਂ ਲੱਗਦੀ ਉੱਪਰ ਤੱਕ ਕਿੱਥੋਂ ਤੱਕ ਮਾਰ ਆ ਤੇਰੀ ਉੱਪਰ ਥੱਲੇ ਉੱਪਰ ਪੌੜੀ ਨਾ ਲੱਗੇ ਹੋਵੇ ਤੇਰੀ ਮਾਰ ਖਤਮ ਹੋ ਜਾਂਦੀ ਹੈ ਸਿਰ ਉੱਪਰ ਲੈ ਜਾ ਕੇ ਕਿਸੇ ਨੂੰ ਜੇ ਮੈਂ ਸਿੱਧਾ ਖੜਾ ਹੋ ਗਿਆ ਨਾ ਤੇ ਤੂੰ ਮੈਂ ਦੇਖਣਾ ਤੇਰੀ ਮਾਰ ਕਿੱਥੋਂ ਤੱਕ ਜਾਂਦੀ ਹੈ ਤੇਰਾ ਹੱਥ ਵੀ ਟਿਕਾਣੇ ਤੇ ਪਹੁੰਚਣਾ ਪੁੱਤਰ ਬਸ ਜੀ ਤੈਨੂੰ ਪਤਾ ਮੈਂ ਖੜਾ ਹੋ ਗਿਆ ਤੂੰ ਮੇਰਾ ਆਲਾ ਬਟਨ ਨਹੀਂ ਖੋਲ ਸਕਦਾ ਇੰਨੀ ਮੁਸ਼ਕਲ ਆ ਤਾਂ ਤੇਰੇ ਨਾਲ ਜ਼ਿੰਦਗੀ 'ਚ ਅੱਗੇ ਦੱਸ ਮੈਂ ਖੋਲਣਾ ਕਿਉਂ ਜੀ ਉਹ ਦੱਸਾਂਗਾ ਨਾ ਤੈਨੂੰ ਮੈਂ ਚੱਲ ਅੱਗੇ ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਆ ਸਾਡਾ ਪਤਾ ਨਹੀਂ ਕੱਲ ਦਾ ਪਤਾ ਨਹੀਂ ਮੈਨੂੰ ਤੇਰਾ ਕੱਲ ਦਾ ਓਏ ਤੇਰਾ ਮੈਨੂੰ ਪਿਛਲੇ ਡੇਢ ਸਾਲ ਤੋਂ ਪਤਾ ਤੈਨੂੰ ਪਤਾ ਨਹੀਂ ਮੇਰੇ ਕੱਲ ਦਾ ਡੇਢ ਸਾਲ ਤੋਂ ਇੱਥੇ ਧੱਕੇ ਖਾਣ ਡਿਆ ਜੇ ਕਹਿੰਦਾ ਮੇਰਾ ਕੱਲ ਦਾ ਨਹੀਂ ਪਤਾ ਤੈਨੂੰ ਮਾਲਿਸ਼ ਕੀਤੀ ਚਪੇੜ ਮਾਰੀ ਸਮਝ ਲਾ ਪੁੱਤਰ ਅੱਜ ਮਾਲਿਸ਼ ਕੀਤੀ ਹੈ ਚਪੇੜਾਂ ਜੇ ਪੈਣੀਆਂ ਹਜੇ ਮੈਂ ਜਗ੍ਹਾ ਰਵਾਂ ਕੀਤੀ ਹੈ ਥੋੜੀ ਜਿਹੀ ਤੇਲ ਲਾ ਕੇ ਅੱਛਾ ਅਸੀਂ ਅੱਜ ਦੇ ਰਾਜੇ ਆ ਸਾਡਾ ਪਤਾ ਨਹੀਂ ਕੱਲ ਦਾ ਹਾਂ ਡਾਲਰ ਵਾਂਗੂਣੀ ਨਾਮ ਸਾਡਾ ਚੱਲਦਾ ਚੱਲਦਾ ਹੋਊਗਾ ਸਰ ਓਏ ਤੇਰਾ ਤੇ ਤੇਲੀ ਵਰਗਾ ਵੀ ਨਹੀਂ ਚੱਲਦਾ ਮਰ ਜਾਣਾ ਚਵਾਨੀ ਦਾ ਤੇਲੀ ਵਰਗਾ ਵੀ ਨਹੀਂ ਚੱਲਦਾ ਤੇ ਤੇਲੀ ਵਰਗਾ ਵੀ ਨਹੀਂ ਚੱਲਦਾ ਇੱਧਰ ਆ ਜਾ ਤੂੰ ਅੱਗੇ ਓਏ ਡਾਲਰ ਵਾਂਗੂ ਨਾਮ ਚੱਲਦਾ ਚੱਲਦਾ ਇੱਥੋਂ ਦੀ ਲੈ ਕੇ ਤੂੰ ਚੌਂਕ ਤੱਕ ਚੱਲਦਾ ਹੋਵੇ ਤੇ ਤੈਨੂੰ ਸਾਹ ਚੜ ਜਾਂਦਾ ਤੇ ਡਾਲਰ ਵਾਂਗੂ ਤੂੰ ਕਿੱਦਾਂ ਚੱਲਣਾ ਨਾਮ ਚੱਲਦਾ ਬਸ ਪੁੱਤਰ ਡਾਲਰ ਦੀ ਪਾਰਟੀ ਨੁਕਰ ਵਰਗਾ ਮੂੰਹ ਆ ਤੇਰਾ ਤਾਂ ਤੂੰ ਕਹਿਤਾ ਕਿ ਡਾਲਰ ਵਾਂਗੂ ਤੇਰਾ ਨਾਂ ਚੱਲਦਾ ਨਾ ਕਰਿਆ ਕਰ ਬੱਚਿਆ ਮੇਰਿਆ ਕੋਈ ਕੋਈ ਮਜਬੂਰ ਗਾਣਾ ਗਾ ਕੇ ਐਂਟਰੀ ਕਰੇ ਕਰ ਕੋਈ ਬੇਸਹਾਰਾ ਰਿਹਾ ਕਰ ਜ਼ਿੰਦਗੀ 'ਚ ਨਾਲੇ ਚਾਰ ਪੈਸੇ ਇਕੱਠੇ ਹੋ ਗਏ ਐਡੀ ਚੱਕਵੀਂ ਆਵਾਜ਼ ਤੂੰ ਚੱਕਵੇਂ ਗਾ ਓਏ ਇੱਕ ਮਿੰਟ ਓਏ ਇਹ ਕੀ ਹੈ ਪਹਿਲੇ ਤਾਂ ਇਹ ਦੱਸ ਮੈਨੂੰ ਅੱਜ ਕੀ ਲੈ ਕੇ ਆਏ ਲਓ ਜੀ ਸ਼ਹਿਣਾ ਪਿੱਦੂ ਖੁਸ਼ੇ ਵਾਲੇ ਸਾਹਿਬ ਅੱਜ ਨਾਲ ਆਪਣੇ ਇੰਸਟਰੂਮੈਂਟ ਵੀ ਲੈ ਕੇ ਆ ਔਰ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਛੁੰਛਣਾ ਲੈ ਕੇ ਆਇਆ ਆਪਣੇ ਸਾਇਜ਼ ਦੇ ਹਿਸਾਬ ਨਾਲ ਅੱਛੀ ਗੱਲ ਹੈ ਅੱਛੀ ਗੱਲ ਬੱਚਿਆਂ ਨੂੰ ਛੁੰਛਣਾ ਵੈਸੇ ਬੜਾ ਪਸੰਦ ਹੁੰਦਾ ਤੈਨੂੰ ਤਾਂ ਮੈਂ ਇਹ ਵੀ ਨਹੀਂ ਕਹਿ ਸਕਦਾ ਛੁੰਛਣਾ ਲੈਣਾ ਹੈ ਕਿਉਂਕਿ ਤੇਰੇ ਕੋਲ ਆਲਰੇਡੀ ਆ